ਤਾ ਬਾਇਓਮੈਟ੍ਰਿਕ ਕਰਨ ਦੇ 15000 ਤੋਂ ਲੈ ਕੇ 50000 ਲੱਗਦਾ ਮੰਨ ਲਓ 5 ਲੱਖ ਬੰਦੇ ਦੀ ਬਾਇਓਮੈਟ੍ਰਿਕ ਬੁੱਕ ਕਰਾ ਲਈ 150 ਏਜੰਟਾਂ ਨੇ ਮਿਲ ਕੇ ਤੇ ਉਹ 5 ਲੱਖ ਬੰਦੇ ਦੀ ਬੁੱਕ ਕਰਾ ਕੇ ਉਹਨੂੰ ਬਲੌਕ ਕਰਤਾ ਹੋਰ ਜਿਹਨੇ ਉਹਨੂੰ ਪਰਸਨ ਡੇਟ ਨਾਲ ਦੇ ਸਕੇ ਜੇ 4 ਲੱਖ ਬੱਚੇ ਜਾ ਰਹੇ ਆ ਤੇ ਬਾਕੀ ਲੋਕ 5 ਲੱਖ ਜਾ ਰਹੇ ਆ ਤੇ ਉਹਨਾਂ ਨੇ ਜਿਹੜੇ ਏਜੰਟਾਂ ਕੋਲ ਪੈਸੇ ਵਿਸਾਇਆ ਕਰਦਾ ਵਾਪਸ ਮੰਗੋ ਕੈਨੇਡਾ ਜਾਣ ਦੇ ਨਾਮ ਤੇ ਬਾਇਓਮੈਟ੍ਰਿਕ ਦੇ ਨਾਮ ਦੇ ਉੱਤੇ ਲੋਕਾਂ ਦੇ ਨਾਲ ਵੱਜ ਰਹੀ ਠੱਗੀ ਦਾ ਪਰਦਾ ਫਾਸ਼ ਹੋ ਗਿਆ ਵਾ ਪਰਦਾ ਫਾਸ਼ ਕਿੰਨਾ ਨੇ ਕੀਤਾ ਵਾ ਪੰਜਾਬ ਅੰਗੇਸਟ ਕਰਪਸ਼ਨ ਦੇ ਜਿਹੜੇ ਪ੍ਰਧਾਨ ਆ ਉੱਗੇ ਸਮਾਜ ਸੇਵੀ ਸਤਨਾਮ ਸਿੰਘ ਦਾਉ ਨੇ ਜਿਨ੍ਹਾਂ ਨੇ ਇੱਕ ਚਿੱਠੀ ਲਿਖੀ ਆ ਔਰ ਇੱਕ ਨਵੇਂ ਨਿਰਦੇਸ਼ ਜਾਰੀ ਹੋ ਗਿਆ ਜਾਣਦੇ ਆ ਦਾਉ ਸਾਹਿਬ ਕੋ ਵੀ ਕੀ ਉਹ ਲੈਟਰ ਚ ਲਿਖਿਆ ਗਿਆ ਵਾ ਔਰ ਕੀ ਚੀਜ਼ ਉਹਨਾਂ ਨੂੰ ਪ੍ਰਾਪਤ ਹੋਈ ਆ ਦਾਉ ਸੋ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਫੈਕਟ ਨਿਊਜ਼ ਤੇ ਜੀ ਮਿਹਰਬਾਨੀ ਸਤਿ ਸ਼ਕਾਲ ਤੇ ਤੁਸੀਂ ਜਿਹੜੀ ਲੈਟਰ ਲਿਖੀ ਸੀਗੀ ਕੀ ਮਾਮਲਾ ਤੁਸੀਂ ਜਾਗਰ ਕੀਤਾ ਔਰ ਦੱਸੋ ਮਾੜਾ ਜਆ ਦਰਸ਼ਕਾਂ ਨੂੰ ਸਮਾਜ ਸੇਵੀ ਕਮਾਕਾਰ ਨੇ ਇੱਕ ਬਹੁਤ ਵੱਡੀ ਐਨਜੀ ਜਿਹੜੀ 200 ਦੇਸ਼ਾਂ ਚ ਸਾਨੂੰ ਇਨਵਿਟੇਸ਼ਨ ਆਈ ਸੀ ਮੈਨੂੰ ਤੇ ਮੇਰੀ ਪਤਨੀ ਨੂੰ ਤੇ ਹੋਰ ਮੈਂਬਰਾਂ ਨੂੰ ਅਸੀਂ ਜੂਨ ਦੇ ਵਿੱਚ ਇੱਕ ਫੰਕਸ਼ਨ ਕੰਟਰੈਨ ਕਰਨਾ ਹੈ ਇੱਕ ਹਫ਼ਤੇ ਲਈ ਉਸ ਦੇ ਆਧਾਰ ਤੇ ਸਾਡੀ ਹੋਰ ਜਿਹੜੀ ਐਨਜੀਓ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਨੇ ਮੈਨੂੰ ਸਪਾਂਸਰਸ਼ਿਪ ਭੇਜਣੀ ਸੀਗੀ ਤੇ ਉਹਦੇ ਸਬੰਧ ਚ ਮੈਂ ਨਵੰਬਰ ਦੇ ਵਿੱਚ ਮੈਨੂੰ ਪਤਾ ਸੀ ਕਿ ਹਫ਼ਤੇ 10 ਦਿਨ ਚ ਇਨਵਿਟੇਸ਼ਨ ਆ ਜਾਏਗੀ ਤੇ ਸਪਾਂਸਰਸ਼ਿਪ ਆ ਜਾਏਗੀ ਮੈਂ ਏਜੰਟਾਂ ਨੂੰ ਪੁੱਛਣ ਲੱਗ ਪਿਆ ਤੇ ਮੈਨੂੰ ਹੈਰਾਨੀ ਦੀ ਹਾਦਰੀ ਰਹੀ ਕਿ ਜਦੋਂ ਸਾਰੀਆਂ ਫਾਰਮੈਲਿਟੀ ਪੂਰੀਆਂ ਹੋਣ ਤੋਂ ਬਾਅਦ ਅਸੀਂ ਕੋਈ ਵੀਜ਼ੇ ਦੀ ਫਾਈਲ ਲਗਾਣਿਆ ਤਾਂ ਜਿਹੜੇ ਫਿੰਗਰਪ੍ਰਿੰਟ ਲੈ ਜਾਂਦੇ ਆ ਬਾਇਓਮੈਟ੍ਰਿਕ ਕਰਦੇ ਆ ਤੇ ਉਹਦੀ ਡੇਟ ਉਪਲਬਧ ਨਹੀਂ ਹੈ 6 ਮਹੀਨੇ ਲਈ ਤੇ ਫਿਰ ਏਜੰਟ ਕਹਿੰਦੇ ਕਿ ਇਹਦਾ ਰੇਟ ਚੱਲਦਾ 15 ਤੋਂ 50000 ਰੁਪਇਆ ਤੁਸੀਂ ਕਿਸੇ ਏਜੰਟ ਨੂੰ ਦੇ ਕੇ ਕਰਵਾ ਸਕਦੇ ਆ ਮਤਲਬ ਬਾਇਓਮੈਟ੍ਰਿਕ ਦੀ ਜਿਹੜੀ ਡੇਟ ਆ ਉਹਦੀ 40 ਤੋਂ 50000 ਰੁਪਇਆ ਸਿੱਧੀ ਲੁੱਟ ਮਾਪਿਆਂ ਦੀ ਬੱਚਿਆਂ ਦੀ ਔਰ ਮੈਨੂੰ ਲੱਗੇ ਵੀ ਹੋ ਸਕਦਾ ਫੇਕ ਗੱਲ ਹੋਵੇ ਮੈਂ ਬਹੁਤ ਸਾਰੇ ਆਪਣੇ ਦੋਸਤਾਂ ਨੂੰ ਫਰੈਂਡ ਸਰਕਲ ਚ ਜਿਹੜੇ ਕੈਨੇਡਾ ਪਹੁੰਚੇ ਪਿਛਲੇ 15-20 ਦਿਨ ਚ ਮੈਂ ਉਹਨਾਂ ਨਾਲ ਸੰਪਰਕ ਕੀਤਾ ਇੱਕ ਮੇਅਰ ਹੈ ਬ੍ਰਮਟਨ ਦੇ ਐਕਸ ਮੇਅਰ ਹੈ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਮੇਅਰ ਸਾਹਿਬ ਨਾਲ ਗੱਲ ਕੀਤੀ ਇੱਕ ਮੇਰੇ ਦੋਸਤ ਉਹਨਾਂ ਦਾ ਨਾਮ ਹੈ ਨਾਹਰ ਔਜਲਾ ਉਹਨਾਂ ਦੇ ਵਾਈਫ ਜਿਹੜੇ ਉੱਤੇ ਮੇਅਰ ਰਹੇ ਆ ਬ੍ਰਮਟਨ ਦੇ ਇੱਕ ਮੇਰੇ ਦੋਸਤ ਦਲਜੀਤ ਸਿੰਘ ਕਾਫਰ ਉਹ ਵੀ ਬ੍ਰਮਟਨ ਚ ਉਹਨਾਂ ਨਾਲ ਗੱਲ ਕੀਤੀ ਤੇ ਫਿਰ ਮੈਂ ਪੰਜ ਸੱਤ ਟਰੈਵਲ ਏਜੰਟਰ ਨਾਲ ਗੱਲ ਕੀਤੀ ਇੱਥੇ ਮੋਹਾਲੀ ਚ ਮੋਹਾਲੀ ਚੰਡੀਗੜ੍ਹ ਚ ਤੇ ਉਹ ਕਿ ਵੀ ਆਡੀਓ ਦੇ ਵਿੱਚ ਕੀ ਗੱਲ ਬੋਲੀ ਗਈ ਸੀ ਨਹੀਂ ਉਹਨਾਂ ਨੇ ਸਾਰਾ ਦੱਸਿਆ ਕਹਿੰਦਾ ਭਾਜੀ ਅਸੀਂ ਤਾਂ ਬੜੇ ਇਮਾਨਦਾਰ ਇੱਕ ਬੰਦੇ ਨੇ ਕਿਹਾ ਕਹਿੰਦਾ ਮੈਂ ਬੜੇ ਇਮਾਨਦਾਰੀ ਨਾਲ ਕੰਮ ਕਰਦਾ ਅਸੀਂ ਕਲਾਇੰਟ ਕੋਲ 10000 ਰੁਪਏ ਲੈਣੇ ਆ ਤੇ ਜੇ ਅਸੀਂ ਕਲਾਇੰਟ ਨੂੰ 50000 ਰੁਪਏ ਦੇ ਦੇ ਉਹ ਕੱਲ ਨੂੰ ਕਿਸੇ ਹੋਰ ਕੋਲੋਂ 30000 ਕਰਾ ਲਏਗਾ ਕਹਿੰਦਾ ਮੇਰੇ ਤੇ ਬਲੇਮ ਲੱਗ ਗਿਆ 20000 ਮੈਂ ਵਿੱਚੋਂ ਖਾ ਗਿਆ ਕਹਿੰਦਾ ਮੈਂ ਫਿਰ ਉਹਨੂੰ ਕਹਿੰਦਾ ਵੀ ਤੁਸੀਂ ਆਪ ਹੀ ਕਰਵਾ ਲਓ ਕਹਿੰਦਾ ਮੈਂ ਰਾਤ ਨੂੰ 2:30 ਵਜੇ ਬੈਠਾ ਰਹਿਣਾ ਡੇਟ ਨਹੀਂ ਮਿਲ ਰਹੀ ਹੁਣ ਮੈਂ ਇੱਕ ਨੂੰ 15000 ਰੁਪਏ ਦਿੱਤਾ ਉਹ ਛੇਤੀ ਮੈਨੂੰ ਡੇਟ ਲੈ ਕੇ ਦੇ ਦੇਗਾ ਉਹਨੇ ਸਾਰਾ ਕਪਲਾ ਹੋ ਜਾ ਕੇ ਕਿਹਾ ਤੇ ਹੋਰ ਕੁਝ ਏਜੰਟਾਂ ਨੇ ਕਿਹਾ ਉਹ ਸਾਰੀ ਮੈਂ ਆਡੀਓ ਇਹਨਾਂ ਨੂੰ ਪੁੱਛ ਕੇ ਬਾਦ ਦੇ ਵਿੱਚ ਰਿਕਾਰਡਿੰਗ ਕਰਨ ਤੋਂ ਬਾਅਦ ਉਹਨੂੰ ਪੁੱਛ ਕੇ ਫਿਰ ਮੈਂ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਅਸੀਂ ਪੰਜਾਬ ਦੇ ਵਿੱਚ ਸਮਾਜ ਸੇਵੀ ਕੰਮ ਕਰਦੇ ਹਾਂ ਅਸੀਂ ਬਹੁਤ ਸਾਰੇ ਭਾਰਤੀ ਤੇ ਕੈਨੇਡੀਅਨ ਲੋਕਾਂ ਦੀ ਮਦਦ ਕਰਦੇ ਹਾਂ ਤੇ ਅਸੀਂ ਕਿਉਂਕਿ ਕ腐ਪਸ਼ਨ ਦੇ ਅਗੇਂਸਟ ਹੈ ਤੇ ਇਸ ਤਰ੍ਹਾਂ ਦੀ ਕ腐ਪਸ਼ਨ ਕਰਕੇ ਅਸੀਂ ਤੁਹਾਡੇ ਦੇਸ਼ 'ਚ ਨਹੀਂ ਆਣਾ ਚਾਹਾਂਗੇ ਕਿਉਂਕਿ ਉਸ ਤੋਂ ਪਹਿਲੇ ਅਸੀਂ ਮੀਟਿੰਗ ਕਰ ਲਈ ਸੀ ਆਪਣੀ ਐਨਜੀਓ ਦੀ ਤੁਸੀਂ ਮਤਲਬ ਮਨ੍ਹਾ ਕਰਤਾ ਸੀ ਇਹ ਮੈਂ ਚਿੱਠੀ ਹੈ ਇਹ ਸਾਰੀ ਚਿੱਠੀ 'ਚ ਲਿਖਿਆ ਹੈ ਪ੍ਰਧਾਨ ਮੰਤਰੀ ਨੂੰ ਕਿ ਅਸੀਂ ਨਹੀਂ ਆਣਾ ਚਾਹੁੰਦੇ ਤੁਹਾਡੇ ਦੇਸ਼ 'ਚ ਤੇ ਇਹਦੀ ਇਨਕੁਆਰੀ ਕਰੋ ਇਹਨੂੰ ਰੋਕੋ ਇਹ ਮੈਂ ਆਖਰੀ ਪੁਆਇੰਟ ਤੇ ਤੇ ਹੈਰਾਨੀ ਦੇ ਹੱਦ ਠੀਕ ਆ ਕੰਪਿਊਟਰ ਸਿਸਟਮ ਨੇ ਆਟੋਮੈਟਿਕਲੀ ਮੈਨੂੰ ਅਦਰ ਰਿਪਲਾਈ ਦਿੱਤਾ ਪਰ ਉਸ ਤੋਂ ਬਾਅਦ 3 ਦਿਨ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਫਤਰ ਦੇ ਜਿਹੜੇ ਮੈਨੇਜਰ ਹੈ ਥੱਲੇ ਜੇਪੀ ਵੈਚਨ ਤੇ ਇਹਨਾਂ ਦੇ 3 ਦਿਨ ਬਾਅਦ ਮੈਲ ਆ ਗਈ ਕਿ ਜੋ ਤੁਸੀਂ ਦੱਸਿਆ ਜੋ ਹੈ ਚ ਲਿਖਿਆ ਕਿ ਸਾਡੇ ਧਿਆਨ ਚਾ ਗੱਲ ਵੀ ਤੁਸੀਂ ਜੋ ਵੀ ਗੱਲ ਬਿਆਨ ਕੀਤੀ ਆਪਾਂ ਇਹਦੀ ਇਨਕੁਆਇਰੀ ਕਰਾਂਗੇ ਤੇ ਮੈਨੂੰ ਸੋਰਸੇ ਤੋਂ ਪਤਾ ਲੱਗਾ ਕਿ ਇੰਟਰਨਲ ਇਨਕੁਆਰੀ ਕੈਨੇਡੀਅਨ ਗਵਰਨਮੈਂਟ ਕਰ ਰਹੀ ਹੈ ਤੇ ਜਿਹੜਾ ਉਹ ਇੱਕ ਲੈਟਰ ਵੀ ਗਵਰਨਮੈਂਟ ਨੇ ਜਿਹੜਾ ਆਰਡਰ ਵੀ ਜਾਰੀ ਕੀਤਾ ਉਹ ਤੁਸੀਂ ਦਿਖਾਓ ਫਿਰ ਉਸ ਤੋਂ ਬਾਅਦ ਇਹ ਹੁੰਦਾ ਕੀ ਸੀ ਪਹਿਲਾਂ ਮੈਂ ਦੱਸ ਦਿੰਦਾ ਨਾ ਠੱਗੀ ਕੀ ਸੀਗੀ ਠੱਗੀ ਇਹ ਸੈਂਕੜੇ ਕਰੋੜ ਜਾਂ ਹਜ਼ਾਰਾਂ ਕਰੋੜ ਦੀ ਹੈ ਮੰਨ ਕੇ ਚੱਲੀਏ 4 ਲੱਖ ਵਿਦਿਆਰਥੀ ਕੈਨੇਡਾ ਜਾ ਰਹੇ ਆ ਵਿਦਿਆਰਥੀ ਲਾਭ 2 ਲੱਖ ਬੰਦੇ ਹੋਰ ਜਾਂਦੇ ਹੋਣਗੇ ਸਾਲ ਦੇ 4 ਲੱਖ ਜਾਣੇ ਆ ਸਾਡੇ ਭਾਰਤ ਦੇ ਵਿੱਚ ਜਿਹਦੇ ਵਿੱਚ ਬਹੁਤੇ ਪੰਜਾਬੀ ਆ ਤਾਂ ਬਾਇਓਮੈਟ੍ਰਿਕ ਕਰਨ ਦੇ 15000 ਤੋਂ ਲੈ ਕੇ 50000 ਲੱਗਦਾ ਜੇ ਐਵਰੇਜ ਇੱਕ ਬੰਦੇ ਨੇ 100 ਔਰ 5 ਲੱਖ ਬੰਦੇ ਜਾਂਦੇ ਹੁਣ ਤਾਂ ਇਹ ਲਾ ਲਓ ਕਿੰਨੇ ਹੋਗੇ 500 ਕਰੋੜ ਦੀ ਹੋਗੇ ਇਹ ਸਿਰਫ ਕੈਨੇਡਾ ਦੀ ਹੈ ਜੇ 100000 ਹੈ ਪਰ 50000 ਰੁਪਏ ਦੰਨੇ ਆ ਪਤਾ ਨਹੀਂ 1000 ਕਰੋੜ ਦੀ ਨਾ ਹੋਵੇ। ਦੱਸਾ ਤੁਸੀਂ ਜਿਵੇਂ ਇੱਕ ਗੱਲ ਜ਼ਿਕਰ ਕਰ ਰਹੇ ਸੀਗੇ ਵੀ ਜਦੋਂ ਕਰੋਨਾ ਮਹਾਮਾਰੀ ਆਈ ਆ ਕਿਤੇ ਨਾ ਕਿਤੇ ਐਮਬੈਸੀਆਂ ਵੀ ਬੰਦ ਹੋ ਗਈਆਂ ਸੀ ਬਾਇਓਮੈਟ੍ਰਿਕ ਵੀ ਬੰਦ ਹੋ ਗਈ ਸੀ। ਉਸ ਤੋਂ ਬਾਅਦ ਜਦੋਂ ਬਾਇਓਮੈਟ੍ਰਿਕ ਜਦੋਂ ਮਤਲਬ ਕਰੋਨਾ ਦੀ ਜਦੋਂ ਰਫਤਾਰ ਮੱਠੀ ਪਈ ਉਸ ਤੋਂ ਬਾਅਦ ਹੀ ਇਸਕੇ ਬਦਲਨੇ ਸ਼ੁਰੂ ਹੋਏ ਸੀ। ਹਾਂਜੀ ਇਹ ਜਦੋਂ ਕਰੋਨਾ ਖਤਮ ਹੋਣ ਤੋਂ ਬਾਅਦ ਇੱਕਦਮ ਭੀੜ ਪੈ ਗਈ ਤਾਂ ਏਜੰਟਾਂ ਨੂੰ ਪਤਾ ਲੱਗਾ ਮੇਨ ਜਲੰਧਰ ਚ ਠੱਗੇ ਸ਼ੁਰੂ ਹੋਏ। ਤਾਂ ਜਲੰਧਰ ਦੇ ਏਜੰਟਾਂ ਨੇ ਮੁੰਡੇ ਰੱਖ ਕੇ ਮੰਨ ਲਓ ਹੁਣ ਸਤ ਨਾਮ ਚਾਹੀਦਾ ਡੇਟ ਆਵਰ ਚਾਹੀਦੀ ਆ ਇੱਕ ਈਮੇਲ ਆਈਡੀ ਚਾਹੀਦਾ ਉਹ ਕਹਿੰਦਾ ਕਿ 15 ਜਨਵਰੀ ਸਤਨਾਮ ਸਿੰਘ ਨੇ ਬਾਇਓਮੈਟ੍ਰਿਕ ਦੇਣੀ ਹੈ ਉਹ ਸਤਨਾਮ ਸਿੰਘ ਉਹ ਹੁੰਦਾ ਹੀ ਨਹੀਂ ਤੇ ਨਾ ਉਹਨੇ ਜਾਣਾ ਹੁੰਦਾ ਮੰਨ ਲਓ ਹੁਣ 5 ਲੱਖ ਬੰਦੇ ਦੀ ਬਾਇਓਮੈਟ੍ਰਿਕ ਬੁੱਕ ਕਰਾ ਲਈ 150 ਏਜੰਟਾਂ ਨੇ ਮਿਲ ਕੇ ਤੇ ਉਹ 5 ਲੱਖ ਬੰਦੇ ਦੀ ਬੁੱਕ ਕਰਵਾ ਕੇ ਉਹਨੂੰ ਬਲੌਕ ਕਰਤਾ ਹੋਰ ਜਿਹਨੇ ਉਹਨੂੰ ਪਰਸਨ ਡੇਟ ਨਾਲ ਦੇ ਸਕੇ ਤੇ ਫਿਰ ਉਹ ਜਿਹੜੇ ਬੰਦੇ ਦੀ ਬਲੌਕ ਕਰ ਲੈਂਦੇ ਸੀਗੇ ਫਿਰ ਨਵੇਂ ਬੰਦੇ ਨੂੰ ਕਿਵੇਂ ਮਿਲਦੀ ਸੀ ਵੀ ਉਹੀ ਕੱਟ ਕੇ ਦਿੰਦੇ ਸੀ ਹਾਂ ਹਾਂ ਹੁਣ ਕੀ ਕਰਦੇ ਸੀ ਜਦੋਂ ਫਿਰ ਇਹ ਟ੍ਰੈਵਲ ਜਨ ਦਾ ਇੱਕ ਨੈਟਵਰਕ ਹੈਗਾ ਉਹ ਨੈਟਵਰਕ ਦੇ ਵਿੱਚ ਮੰਨ ਲਓ ਸਤਨਾਮ ਕਹਿੰਦਾ ਕਿ ਮੈਂ ਕੈਨੇਡਾ ਜਾਣਾ ਮੈਂ 50000 ਦੇਣ ਨੂੰ ਤਿਆਰ ਆ। ਤੂੰ ਆਪਣੇ ਨੈਟਵਰਕ ਨੂੰ ਦੱਸ ਦੇ ਯਾਰ ਸਤਨਾਮ ਦੇ ਨਾਮ ਦੀ ਕੋਈ ਲੱਭੋ ਆਈਡੀ ਆਪਾਂ ਉਹਨੂੰ ਐਡਿਟ ਕਰੀਏ ਕੋਈ ਡੇਟ ਆਵਰ ਦਾ ਗਲਤ ਹੈ ਜਾਂ ਕੋਈ ਸਪੈਲਿੰਗ ਗਲਤ ਹੈ ਆਪਾਂ ਕਰਕੇ ਇਹਦੇ ਕੋਈ ਪੈਸੇ ਲੈ ਕੇ ਕਰਵਾ ਦਨੇ ਆ। ਉਹ ਜਿੱਦਾਂ ਕਿ ਵੀ ਕੋਈ ਸੈਟਿੰਗ ਹੁੰਦੀ ਹੈ ਕਿ ਇਹਦੇ 15000 ਦੇ ਕਿਤੇ 20000 ਦੇ ਕਿਤੇ 50000 ਦੇ ਹੋ ਜਾਂਦੀ ਸੀ। ਪਰ ਮੈਨੂੰ ਕੁਝ ਲੋਕ ਜਿਹਾ ਹੀ ਮਿਲੇ ਜਿਹੜੇ ਜਾ ਕੇ ਨੇਪਾਲ ਜਾ ਕੇ ਕਰਵਾ ਕੇ ਲੈ ਕੇ ਆਏ। ਜਿਹੜੇ ਦਵਾਈ ਜਾ ਕੇ ਕਰਵਾ ਕੇ ਲੈ ਕੇ ਆਏ ਮੈਂ ਹਫ਼ਤਾ ਪਹਿਲੇ ਦਵਾਈ ਗਿਆ ਸੀ। ਮੈਨੂੰ ਵੀ ਹੈ ਸਿਰਫ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਬੰਦ ਕੀਤਾ ਕੈਨੇਡੀਅਨ ਸਰਕਾਰ ਨੇ ਬੰਦ ਕੀਤਾ 17 ਤਰੀਕ ਨੂੰ ਆਰਡਰ ਜਾਰੀ ਕਰ ਦਿੱਤੇ ਤੇ ਇਸ ਸਮੇਂ ਵਿਦਆਊਟ ਐਨੀ ਜਿਹੜਾ ਕੋਈ ਖਰਚੇ ਤੋਂ ਬਿਨਾਂ ਇਹ ਹੋ ਰਹੀ ਹੈ ਹੁਣ ਸਿਸਟਮ ਕੀ ਕਰਤਾ ਕਿ ਕੋਈ ਆਦਾ ਡੇਟ ਬੁੱਕ ਹੀ ਨਹੀਂ ਕਰਵਾ ਸਕਦਾ ਉਹਦੀ ਫਾਈਲ ਲੱਗੇਗੀ ਉਹਦੀ ਫਾਈਲ ਲੱਗਣ ਦਾ ਬੀਆਈਐਲ ਲੈਟਰ ਜਿਹਨੂੰ ਕਹਿੰਦੇ ਬਾਇਓਮੈਟ੍ਰਿਕਸ ਲੈਟਰ ਜਿਹੜਾ ਉਹ ਐਮਬੈਸੀ ਜਾਰੀ ਕਰੇਗੀ ਉਹ ਲੈਟਰ ਜਾਰੀ ਹੋਣ ਤੋਂ ਬਾਅਦ ਅਪਲੋਡ ਹੋਏਗਾ ਸਾਈਟ ਤੇ ਬੀ ਐਫ ਐਸ ਕੰਪਨੀ ਦੀ ਤੇ 24 ਤੋਂ 48 ਘੰਟੇ ਵਿੱਚ ਬਾਇਓਮੈਟ੍ਰਿਕ ਫ੍ਰੀ ਚੇ ਵਿੱਚ ਹੋ ਜਾਏਗੀ ਕੋਈ ਐਕਸਟਰਾ ਚਾਰਜ ਦੇਣ ਦੀ ਲੋੜ ਨਹੀਂ ਵੈਸੇ ਕੋਈ ਵੈਸੇ ਸਰਕਾਰੀ ਫੀਸ ਕੋਈ ਨਿਰਧਾਰਿਤ ਕੀਤੀ ਹੋਈ ਹੈ ਕੋਈ ਸਰਕਾਰੀ ਫੀਸ ਹੈ ਨਾ ਉਹਦੇ ਕੋਈ ਕਪਲੇਵਾਜੀ ਨਹੀਂ ਉਹ ਮੈਨੂੰ 86 ਡਾਲਰ ਮੈਂ ਸੁਣਿਆ ਉਹ ਤਾਂ ਅੰਬੈਸੀ ਨਹੀਂ ਜਾਣੇ ਠੀਕ ਹੈ ਉਹ ਸਰਕਾਰੀ ਪੈਸਾ ਵਾ ਉਹ ਸਰਕਾਰੀ ਪੈਸਾ ਪਹਿਲੇ ਕੀ ਸੀ ਪਹਿਲੇ ਸਿਰਫ ਡੇਟ ਬੁੱਕ ਕਰਵਾਉਂਦੇ ਸੀ ਫੀਸਾਂ ਦਾ ਬਾਅਦ ਚ ਹੁੰਦੀ ਸੀ ਫਾਈਲਿੰਗ ਬਾਅਦ ਚ ਹੁੰਦੀ ਸੀ ਦੇ ਉਹ ਜਦੋਂ ਕੈਨੇਡੀਅਨ ਗਵਰਨਮੈਂਟ ਨੂੰ ਮੈਂ ਉਹ ਆਡੀਓ ਭੇਜੀ ਪੰਜਾਬੀ ਦੇ ਵਿੱਚ ਏਜੰਟਾਂ ਨਾਲ ਗੱਲ ਕਰਕੇ ਵੀਡੀਓ ਭੇਜੀ ਪ੍ਰਧਾਨ ਮੰਤਰੀ ਨੂੰ ਲਿਖਿਆ ਵੀ ਉਹ ਪੂਰਾ ਕਪਲੈਕਸ ਪਲੇਨ ਹੈ 4-5 ਮਿੰਟ ਦੀ ਆਡੀਓ ਮੈਂ ਤੁਹਾਨੂੰ ਭੇਜਦਾਗਾ ਉਹ ਸਾਰਾ ਕਪਲੈਕਸ ਪਲੇਨ ਕੀਤਾ ਹੋਇਆ ਤੇ ਨਾਲ ਫਿਰ ਮੈਂ ਫੇਸਬੁੱਕ ਪੋਸਟਾਂ ਪਾਈਆਂ ਕੈਨੇਡਾ 'ਚ ਨਾਲ ਉੱਥੋਂ ਦੇ ਜਿਹੜੇ ਪੋਲੀਟੀਕਲ ਲੋਗਾਂ ਤੋਂ ਮੈਂ ਕਿਹਾ ਸਰਕਾਰ ਨੂੰ ਕਿਸੇ ਤਰੀਕੇ ਨਾਲ ਈਮੇਲ ਆ ਟਵਿੱਟਰ 'ਤੇ ਉਸ ਤੇ ਲੈਵਲ ਤੇ ਇਨਕੁਆਰੀ ਹੋਈ ਹੈ ਤੇ ਉਹਦਾ ਜਵਾਬ ਵੀ ਮਿਲਵਾ ਕੇ ਸੀ ਮੈਂ ਲਾਸਟ ਕੁਐਸਚਨ ਹੈ ਜੀ ਹੁਣ ਇਹ ਗੱਲ ਦੱਸੋ ਵੀ ਜੇ ਹੁਣ ਅੱਗੇ ਤੋਂ ਕਿਸੇ ਨੇ ਬਾਇਓਮੈਟ ਉਸ ਨੂੰ ਉਹਦੀ ਹੀ ਹੋਏਗੀ ਜਿਹਦੀ ਫਾਈਲ ਲੱਗੀ ਆ ਕਿ ਜਾਂ ਇਸ ਤਰੀਕੇ ਨਾਲ ਜਿਵੇਂ ਜਿਹੜਾ ਮਰਜੀ ਚੱਕੇ ਏਜੰਟ ਕਿਸੇ ਨੂੰ ਦਵਾ ਸਕਦਾ ਹੁਣ ਹੁਣ ਕੀ ਫਰਕ ਪੈ ਗਿਆ ਹੁਣ ਹੁਣ ਸਿਰਫ ਜਿਹਦੀ ਫਾਈਲ ਲੱਗੀ ਹੈ ਉਸੇ ਉਹਨੂੰ ਲੈਟਰ ਮਿਲੇਗਾ ਮੈਸੀ ਤੇ ਉਸ ਤੋਂ ਬਾਅਦ ਹੀ ਇਹ ਬਾਇਓਮੈਟ੍ਰਿਕ ਦੀ ਡੇਟ ਮਿਲੇਗੀ ਉਹ 24 ਤੋਂ 48 ਘੰਟੇ ਮਿਲ ਜਾਂਦੀ ਹੈ ਪਰ ਮੈਂ ਦੱਸਣਾ ਚਾਹਣਾ ਜੇ 4 ਲੱਖ ਬੱਚੇ ਜਾ ਰਹੇ ਆ ਤੇ ਬਾਕੀ ਲੋਕ 5 ਲੱਖ ਜਾ ਰਹੇ ਆ ਤੇ ਉਹਨਾਂ ਨੇ ਜਿਹੜੇ ਏਜੰਟਾਂ ਕੋਲ ਪੈਸੇ ਵਸਾਏ ਪਹਿਲਾਂ ਦਾ ਵਾਪਸ ਮੰਗੋ ਦੂਜੀ ਗੱਲ ਹੁਣ ਏਜੰਟ ਇਹ ਕਹਿਣ ਲੱਗਵੇ ਪਹਿਲੇ ਰੇਟ ਮਹਿੰਗਾ ਸੀ ਹੁਣ ਆਪਾਂ ਸਸਤੇ ਰੇਟ ਚ ਕਰਵਾ ਦਨੇ ਆ ਪੈਸੇ ਨਹੀਂ ਲੱਗਦੇ ਤਾਂ ਸਸਤੇ ਰੇਟ ਚ ਕਰਾਣੇ ਕਿਸੇ ਨੂੰ ਪੈਸੇ ਨਾ ਦਿਓ ਜੇ ਕੋਈ ਜ਼ਿਆਦਾ ਸਮੱਸਿਆ ਹੈ ਤਾਂ ਪੁਲਿਸ ਨੂੰ ਸ਼ਿਕਾਇਤ ਕਰੋ ਤੀਜਾ ਮੈਂ ਪੰਜਾਬੀਆਂ ਨੂੰ ਕਹਿਣਾ ਕਿ ਤੁਹਾਡੇ ਜਮੀਰ ਮਰੇ ਨਹੀਂ ਹੈ ਸਭ ਦੇ ਕੈਨੇਡਾ ਦੇ ਵਿੱਚ ਤਾਂ ਆਪਾਂ ਰੋਕ ਲਿਆ ਕਿਉਂਕਿ ਮੈਂ ਠੁਕਰਾਈਆ ਇਨਵੀਟੇਸ਼ਨ ਕਿ ਮੈਂ ਨਹੀਂ ਜਾਣਾ ਪਰ ਅਮਰੀਕਾ ਦਾ ਹਲੇ ਬੰਦ ਨਹੀਂ ਹੋਇਆ ਇੰਗਲੈਂਡ ਦਾ ਬੰਦ ਨਹੀਂ ਹੋਇਆ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਬੰਦ ਨਹੀਂ ਹੋਇਆ ਕੋਈ ਨਿਤਰੇ ਵਦੇਸ਼ਾਂ 'ਚ ਬੈਠੇ ਆ ਪੰਜਾਬੀ ਜਾਂ ਇੱਥੇ ਭਾਰਤ ਪੰਜਾਬ 'ਚ ਬੈਠੇ ਆ ਉਹ ਨਿਤਰਨ ਤੇ ਆਪਣੇ ਆਪਣੇ ਦੇਸ਼ ਦੀ ਸਰਕਾਰਾਂ ਨਾਲ ਗੱਲਬਾਤ ਕਰਨ ਤੇ ਇਹਨੂੰ ਰੋਕਣਾ ਸਿਰਫ ਕੈਨੇਡਾ ਨੇ ਰੋਕਿਆ ਕੈਨੇਡੀਅਨ ਜਿੱਦਾਂ ਰੋਕਿਆ ਗਿਆ ਉਸੇ ਤਰੀਕੇ ਨਾਲ ਬਾਕੀ ਦੇਸ਼ਾਂ 'ਚ ਰੋਕਿਆ ਜਾ ਸਕਦਾ ਥੈਂਕ ਯੂ ਤਾਂ ਐਸ ਐਨ ਸਤਨਾਮ ਸਿੰਘ ਦਾ ਤੁਹਾਨੂੰ ਦੱਸ ਦਈਏ ਕਿ ਇਹ ਇਹੋ ਜਿਹੇ ਸ਼ਖਸ਼ਾ ਜਿਹੜੇ ਕੀ ਸਮੇਂ-ਸਮੇਂ ਤੇ ਜਿਹੜੇ ਫਰਾਡ ਇਮੀਗ੍ਰੇਸ਼ਨ ਜੈਂਟਾ ਉਹਨਾਂ ਦੇ ਪਰਦੇ ਫਾਸ਼ ਕਰਦੇ ਰਹਿੰਦੇ ਨੇ ਇਸ ਤੋਂ ਇਲਾਵਾ ਕਈ ਪੀੜਤ ਲੋਕਾਂ ਦੇ ਜਾਂ ਬੱਚਿਆਂ ਦੇ ਜਿਨ੍ਹਾਂ ਦੀ ਫੀਸਾਂ ਫਸ ਜਾਂਦੀਆਂ ਨੇ ਠੱਗੀ ਵੱਜ ਜਾਂਦੀ ਆ ਉਹਨਾਂ ਦਾ ਪੈਸਾ ਵੀ ਇਹਨਾਂ ਨੇ ਵਾਪਸ ਕਰਾਇਆ ਵਾ ਸਾਡੀ ਸਾਂਝੀ ਟੀਮ ਆ ਅਸੀਂ ਕਈ ਵਾਰ ਨਾਲ ਮਿਲ ਕੇ ਸਾਥ ਵੀ ਦਿੱਤਾ ਵਾ ਪਰ ਜਿਹੜਾ ਇਹਨਾਂ ਨੇ ਉਪਰਾਲਾ ਹੁਣ ਕੀਤਾ ਵਾ ਇਹ ਅਹਿਮ ਉਪਰਾਲਾ ਵਾ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਬਾਅਦ ਜਾਣ ਲੋ ਪੀ ਕੋਈ 50000 ਜਾਂ 30000 ਰੁਪਇਆ ਤੁਹਾਡੇ ਬਾਇਓਮੈਟ੍ਰਿਕ ਦੇ ਨਹੀਂ ਲੱਗਦੇ। ਕੁਲ ਮਿਲਾ ਕੇ ਕੈਨੇਡਾ ਸਰਕਾਰ ਨੇ ਇਹ ਆਰਡਰ ਜਾਰੀ ਕਰ ਦਿੱਤੇ ਨੇ। ਔਰ ਇਹਨਾਂ ਦੀ ਜਿਹੜੀ ਮਿਹਨਤ ਔਰ ਰੰਗ ਲਿਆਈ ਆ ਇਹਨਾਂ ਨੇ ਖੁਦ ਆਪਣੀ ਜਿਹੜੀ ਇਹਨਾਂ ਨੂੰ ਇਨਵੀਟੇਸ਼ਨ ਆਈ ਸੀ ਉਹ ਟਕਰਾਈ ਆ। ਕੁਲ ਮਿਲਾ ਕੇ ਸੰਕੇਤ ਦਿੱਤਾ ਵਾ ਕਿ ਆਉਣ ਵਾਲੇ ਸਮੇਂ 'ਚ ਜਾਗ ਜਾਓ ਔਰ ਜਿਹੜੀ ਦੂਜੀਆਂ ਦੂਜੇ ਦੇਸ਼ਾਂ ਉਹਨਾਂ ਦੀਆਂ ਐਮਬੈਸੀਆਂ ਨੂੰ ਵੀ ਇਸੇ ਤਰੀਕੇ ਦਾ ਜਿਹੜਾ ਫੈਸਲਾ ਵਾ ਉਹ ਲੈਣਾ ਚਾਹੀਦਾ ਵਾ। ਮਹਾਲੀ ਤੋਂ ਦਾ ਫੈਕਟ ਨਿਊਜ਼ ਲਈ ਸਤਿੰਦਰ ਸਤੀ ਦੇ ਨਾਲ ਮੈਂ ਜਿਤਿੰਦਰ ਸਬਰਵਾਲ ਮਹਾਲੀ